ਐਸ ਗਿਆ ਕੋਈ ਨਹੀਂ ਮਿਲਿਆ, ਹੁਣ ਟਾਈਮ 11 ਵੱਜ ਗਏ, ਹੁਣ ਵੀ ਇਸ ਟਾਈਮ ਇੱਥੇ ਕੋਈ ਨਹੀਂ ਗਾ, ਜਿੰਦੇ ਲੱਗੇ ਹੋਏ ਆ, ਭੀੜ ਬਹੁਤ। ਕੱਲ੍ਹ ਮੋੜ 'ਤੇ ਸੀ, ਤੁਸੀਂ ਕਦੋਂ ਆਇਓ ਜੀ ਹੁਣ ਇੱਥੇ? ਅੱਜ ਹੁਣ ਆਇਆ ਗਾ 10 ਵਜੇ ਆਇਆ ਜੀ। ਠੀਕ ਹੈ ਜੀ, ਹੁਣ ਕੀ ਟਾਈਮ ਹੋ ਗਿਆ ਬਾਈ ਜੀ? 11 ਵੱਜ ਗਏ। ਹਾਂਜੀ, ਇਹ ਤਾਂ ਕੋਈ ਅਧਿਕਾਰੀ ਇੱਥੇ ਪਹੁੰਚਿਆ ਨਹੀਂ, ਕੋਈ ਨਹੀਂ ਆਇਆ। ਕੀ ਕਹਿੰਦੇ ਜਿਹੜਾ ਬੰਦਾ ਕੋਈ ਇੱਥੇ ਖੜਾ ਗਾ? ਇੱਥੇ ਖੜਾ ਕਹਿੰਦਾ ਕਿ ਆਏ ਨਹੀਂ, ਕੱਲ੍ਹ ਕੱਲ੍ਹ ਵੀ ਮੋੜ 'ਤੇ ਸੀ, ਕੱਲ੍ਹ ਟਾਈਮ ਦਿੱਤਾ ਸੀ ਅੱਜ 10 ਵਜੇ ਦਾ। ਕੀ ਨਾਂ ਤੁਹਾਡਾ ਜੀ? ਰਜੇਸ਼ ਸਿੰਘ ਜੀ। ਕਿਹੜਾ ਪਿੰਡ ਹੈ? ਭਗਤਾ। ਠੀਕ ਹੈ। ਹਾਂਜੀ ਵੀਰ ਜੀ, ਅਸੀਂ ਵੀਰ ਜੀ ਵੋਟਾਂ ਬਣਾਉਣ ਵਾਸਤੇ ਕੱਲ੍ਹ ਵੀ ਆਏ ਸੀਗੇ। ਠੀਕ ਹੈ। ਹਲਕਾ ਨੂੰ ਸਾਨੂੰ ਵਾਪਸ ਕਰਤਾ ਅਤੇ ਅੱਜ ਵੀ 10-11 ਵੱਜ ਗਏ, ਹਾਲ ਤਾਂ ਕੋਈ ਨਹੀਂ ਆਇਆ। ਅਜੇ ਤਾਂ ਕੋਈ ਨਹੀਂ ਆਇਆ। ਕੀ ਕਹਿੰਦੇ ਇੱਥੋਂ ਜਿਹੜਾ ਕੋਈ ਬੰਦਾ ਬੈਠਾ ਉਹਨਾਂ ਦਾ ਅਧਿਕਾਰੀ? ਕੋਈ ਨਹੀਂ ਆਇਆ ਜੀ, ਕੋਈ ਅਧਿਕਾਰੀ ਨਹੀਂ ਆਇਆ ਦਫ਼ਤਰ 'ਚ। ਕਾਰਜਵਾਈ ਰਹਿੰਦੇ, ਵੋਟ ਬਣਵਾਓ। ਠੀਕ ਹੈ ਨਾ, ਇੱਥੇ ਬੱਚਾ ਆਇਆ, ਇਹਨਾਂ ਨੂੰ ਕੋਈ ਵੀ ਰਾਹ ਨਹੀਂ ਦਿੱਤਾ। ਠੀਕ ਹੈ, ਇਹਨਾਂ ਨੇ ਵੀ ਅੱਗੇ ਵੀ ਇਹਨੇ ਦੇ ਨਹੀਂ ਰਹੇ ਰਾਹ। ਅੱਜ ਹੁਣ ਅੱਜ ਅਸੀਂ, ਮੈਨੂੰ ਛੁੱਟੀ ਸੀਗੀ, ਸਰਕਾਰੀ ਮਹਿਕਮੇ 'ਚ ਬੈਂਕ 'ਚ ਲੱਗੀ ਹੋਈ ਆ। ਇਹਨਾਂ ਨੂੰ ਵੀ ਕੋਈ ਹੁਣ ਹਜੇ ਤੱਕ ਨਹੀਂ ਉਪੜਿਆ। ਕੀ ਟਾਈਮ ਹੋ ਗਿਆ ਬੀਬੀ ਜੀ? ਹੁਣ 10-11 ਵੱਜ ਗਏ ਵੀਰ ਜੀ, 11 ਵੱਜ ਗਏ। ਘੰਟਾ ਹੋ ਗਿਆ ਵੀਰ ਜੀ, ਤੁਹਾਡਾ ਲੇਟ ਆਉਣ ਦਾ ਕੀ ਕਾਰਨ ਅੱਜ? ਕਿਵੇਂ ਜੀ, ਲੇਟ ਆਉਣ ਦਾ ਕੀ ਕਾਰਨ ਹੈ ਜੀ? ਦੇਖੋ ਕੀ ਟਾਈਮ ਮੇਰੇ ਕੋਲੇ ਫਾਰਮ ਹੈ ਨਹੀਂ ਸੀਗੇ ਜੀ। ਅੱਛਾ, ਫਾਰਮ ਹੈ ਨਹੀਂ ਸੀਗੀ ਤੇ ਇਹ ਤੁਹਾਡੀ ਕੱਲੇ ਹੀ ਗਿਆ? ਤੁਹਾਡੀ ਡਿਊਟੀ ਕੱਲਿਆਂ ਦੀ ਹੈ ਕਿ ਹੋਰ ਦੀ ਵੀ ਹੈ ਜੀ? ਇੱਥੇ ਹੋਰ ਵੀ ਹੈ, ਕੱਲ ਵੀ ਮੈਂ ਤਾਂ ਕੱਲਾ ਹੀ ਬੈਠਾ ਰਿਹਾ ਇੱਥੇ, ਕੋਈ ਨਹੀਂ ਆਇਆ। ਤੁਸੀਂ ਕਿੰਨੇ ਵਜੇ ਆਏ ਸੀ ਸੁਬਾਹ ਜੀ ਇੱਥੇ? ਕਿਵੇਂ ਸੁਬਾਹ ਕਿੰਨੇ ਵਜੇ ਆ ਕੇ ਗਏ ਹੋ ਇੱਥੇ ਪਹਿਲਾਂ? ਮੈਂ ਆ ਗਿਆ ਸੀ ਇੱਥੇ 9:45। ਕਿੰਨੇ ਵਜੇ ਚਲੇ ਗਏ ਵਾਪਸ ਜੀ ਫਿਰ? ਫਾਰਮ ਹੈ ਨਹੀਂ ਸੀ ਤੁਹਾਡੇ ਕੋਲ? ਕਿਵੇਂ ਤੁਸੀਂ ਕਹਿੰਦੇ ਮੈਂ ਵਾਪਸ ਚਲੇ ਗਿਆ ਸੀ ਲੋਕ ਲਾ ਕੇ, ਤੁਸੀਂ ਕਿੰਨੇ ਵਜੇ ਵਾਪਸ ਗਏ ਇੱਥੋਂ? ਮੈਂ 5 ਮਿੰਟਾਂ ਬਾਅਦ ਚਲਾ ਗਿਆ ਸੀ। ਠੀਕ ਹੈ।